ਕੇਂਦਰੀ ਰੇਲ ਮੰਤਰੀ ਸੁਰੇਸ਼ ਪ੍ਰਭੂ ਨਾਲ ਮੁਲਾਕਾਤ ਬਾਰੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਆਖਿਆ ਕਿ ਉਹਨਾਂ ਪੰਜਾਬ ਦੇ ਲਈ ਕਈ ਅਹਿਮ ਰੇਲ ਲਿੰਕ ਬਣਾਉਣ ਸੰਬੰਧੀ ਚਰਚਾ ਕੀਤੀ। ਚੰਦੂ ਮਾਜਰਾ ਮੁਤਾਬਕ ਰੇਲ ਮੰਤਰੀ ਵੱਲੋਂ ਰਾਹੋ ਤੋਂ ਖੰਨਾ ਲਈ 25 ਕਿਲੋਮੀਟਰ ਦੇ ਰੇਲ ਲਿੰਕ ਲਈ ਪ੍ਰੋਜੈਕਟ ਅਗਲੇ ਬਜਟ ਵਿੱਚ ਰੱਖਣ ਦਾ ਭਰੋਸਾ ਦਿੱਤਾ ਗਿਆ। ਉਹਨਾਂ ਆਖਿਆ ਕਿ ਇਸ ਤੋਂ ਇਲਾਵਾ ਜੈਤੋ ਤੋਂ ਜਲੰਧਰ ਜਾਣ ਵਾਲੀ ਰੇਲ ਦੀ ਅੰਮ੍ਰਿਤਸਰ ਸਾਹਿਬ ਤੱਕ ਐਕਸਪੈਂਸ਼ਨ 3 ਮਹੀਨਿਆਂ ਵਿੱਚ ਕੀਤੀ ਜਾਵੇਗੀ। ਰਾਹੋਂ ਤੋਂ ਖੰਨੇ ਨੂੰ ਰੇਲ ਲਿੰਕ ਜੋੜਨ ਦਾ 25 ਕਿਲੋਮੀਟਰ ਦਾ ਮਿਸਿਕ ਲਿੰਕ ਆ, ਜਿਹੜਾ ਮੈਂ ਕਿਹਾ ਵੀ 150 ਕਿਲੋਮੀਟਰ ਦਾ ਪਿੰਡ ਆ ਘੱਟ ਸਕਦਾ ਨਵਾਂ ਸ਼ਹਿਰ ਜਾਣ ਲਈ ਭਗਤ ਸਿੰਘ ਨਗਰ ਜੋ ਜ਼ਿਲ੍ਹਾ ਹੈ ਉਹਦੇ ਲੋਕਾਂ ਨੂੰ, ਹੁਸ਼ਿਆਰਪੁਰ ਦੇ ਲੋਕਾਂ ਨੂੰ ਇਹ ਰੇਲ ਲਿੰਕ ਸ਼ੁਰੂ ਕਰਾਉਣ ਲਈ ਮਾਂ ਜੋ ਰੇਲ ਮੰਤਰੀ ਜੀ ਨੇ ਅਗਲੇ ਬਜਟ ਵਿੱਚ ਵਿਸ਼ਵਾਸ ਦਵਾਇਆ ਵੀ ਅਸੀਂ ਇਹ ਜ਼ਰੂਰ ਪ੍ਰਪੋਜ਼ਲ ਭੇਜਾਂਗੇ ਕਿ ਜੇਜੋਂ ਤੋਂ ਜਲੰਧਰ ਲਈ ਰੇਲ ਜਿਹੜੀ ਆ ਉਹ ਜਾਂਦੀ ਆ ਅਤੇ ਉਹਦੀ ਐਕਸਪੈਂਸ਼ਨ ਅੰਮ੍ਰਿਤਸਰ ਲਈ ਮੰਗ ਕੀਤੀ ਆ, ਉਹ ਵੀ ਉਹਨਾਂ ਨੇ ਪ੍ਰਵਾਨ ਕਰ ਲਈ ਵੀ 3 ਮਹੀਨੇ ਦੇ ਅੰਦਰ ਅੰਦਰ ਜੇਜੋਂ ਜਲੰਧਰ ਜਾਣ ਵਾਲੀ ਰੇਲ ਜਿਹੜੀ ਅੰਮ੍ਰਿਤਸਰ ਤੱਕ ਜਾਣ ਲੱਗ ਜਾਵੇ।